ਕੱਤਕ ਦੀ ਪੂਰਨਮਾਸ਼ੀ ਵੇਲਾ ਨਨਕਾਣੇ ਦਾ, ਕੱਤਕ ਦੀ ਪੂਰਨਮਾਸ਼ੀ ਵੇਲਾ ਨਨਕਾਣੇ ਦਾ, ਬਹੁਤ ਬਹੁਤ ਦਿਲੋਂ ਖੁਸ਼ੀ ਹੋ ਰਹੀ ਹੈ। ਔਰ ਇੱਦਾਂ ਲੱਗ ਰਿਹਾ ਕਿ ਅਸੀਂ ਜਿੱਦਾਂ ਆਪਣੇ ਪਿਤਾ ਜੀ ਦੇ ਘਰ ਆਏ ਹਾਂ। ਪਾਕਿਸਤਾਨ ਗਵਰਨਮੈਂਟ ਦਾ ਬਹੁਤ ਬਹੁਤ ਧੰਨਵਾਦ, ਅਤੇ ਇੱਥੇ ਆ ਕੇ ਬਹੁਤ ਸੋਹਣਾ ਲੱਗ ਰਿਹਾ। ਇਟ ਵਾਜ਼ ਅ ਵੈਰੀ ਵਾਰਮ ਵੈਲਕਮ। ਸਿੱਖ ਸੰਗਤ ਜਬ ਵੀ ਆਤੀ ਹੈ ਕਹਿੰਦੇ ਹਮਾਰਕੋ ਬਹੁਤ ਪਿਆਰ ਸਤਿਕਾਰ ਮਿਲਤਾ ਹੈ। ਹਮ ਦੁਆ ਕਰਤੇ ਹੈ ਭਗਵਾਨ ਹਮਾਰਾ ਪਿਆਰ ਸਤਿਕਾਰ ਬਣਾਏ ਰੱਖੇ। ਇੰਤਜ਼ਾਮ ਬਹੁਤ ਤਕੜਾ ਹੈ, ਬਹੁਤ ਸੋਹਣਾ ਅੱਛਾ ਪ੍ਰਭਾਵ ਹੋ ਰਿਹਾ ਸਾਡੇ ਨਾਲ, ਜੋ ਇੰਤਜ਼ਾਮ ਹੋ ਰਿਹਾ ਸਾਨੂੰ ਬਹੁਤ ਖੁਸ਼ੀ ਹੈ ਇਸ ਚੀਜ਼ ਦੀ। ਪਵਿੱਤਰ ਧਰਤੀ ਹੈ, ਸਾਨੂੰ ਪਾਕਿਸਤਾਨ 'ਚ ਆ ਕੇ ਬਹੁਤ ਆਨੰਦ ਮਿਲੇਗਾ। ਸਾਨੂੰ ਜਿਸ ਤਰ੍ਹਾਂ ਜੀ ਆਇਆਂ ਨੂੰ ਮਿਲ ਰਿਹਾ, ਅਸੀਂ ਬੜੇ ਖੁਸ਼ ਹੈਗੇ ਹਾਂ। ਬਹੁਤ ਬਹੁਤ ਸਰਕਾਰ ਦਾ, ਇੱਧਰ ਦੇ ਪ੍ਰਬੰਧ ਦਾ ਬਹੁਤ ਬਹੁਤ ਧੰਨਵਾਦ, ਤੁਹਾਡਾ ਮੀਡੀਆ ਵਾਲਿਆਂ ਦਾ ਵੀ ਧੰਨਵਾਦ, ਸਾਰੇ ਸਰਦਾਰਾਂ ਕੋਲ ਬੈਠਾ ਲੈਣ ਦੇ ਜੋ, ਅਤੇ ਬਹੁਤ ਵਧੀਆ ਚੰਗਾ ਲੱਗਾ ਜੀ। ਚਾਹ ਛਕੀ ਹੈ, ਹੁਣ ਲੰਗਰ ਲੱਗਾ ਆ, ਹੁਣ ਨਨਕਾਣਾ ਸਾਹਿਬ ਜਾਣਾ ਜੀ। ਬਹੁਤ ਧੰਨਵਾਦ ਤੁਹਾਡਾ, ਬਹੁਤ ਸੋਹਣਾ ਪ੍ਰਬੰਧ ਹੈਗਾ। ਸਤਿਗੁਰ ਮੇਰਾ ਪੂਰਾ, ਸਤਿਗੁਰ ਮੇਰਾ ਪੂਰਾ, ਸੋਰੀ ਸਤਿਗੁਰ ਮੇਰਾ ਪੂਰਾ, ਸਤਿਗੁਰ ਮੇਰਾ ਪੂਰਾ, ਸਤਿਗੁਰ ਮੇਰਾ ਪੂਰਾ, ਸਤਿਗੁਰ ਮੇਰਾ ਪੂਰਾ, ਸਤਿਗੁਰ ਮੇਰਾ ਪੂਰਾ। ਮੇਰਾ
ਚਿਰ ਦੀ ਇੱਛਾ ਸੀ ਪਾਕਿਸਤਾਨ ਦੀ ਧਰਤੀ 'ਤੇ ਆਇਆ ਜਾਵੇ, ਪਰ ਸਬੱਬ ਨਹੀਂ ਬਣਿਆ, ਬਣ ਸਕਿਆ। ਸਾਡੇ ਇੱਧਰਲੇ ਲੋਕਾਂ ਦੇ ਵਿੱਚ ਵੀ ਅਤੇ ਉੱਧਰਲੇ ਲੋਕਾਂ ਦੇ ਵਿੱਚ ਇੱਕ ਬੜਾ ਵੱਡਾ ਹਊਆ ਬਣਾਇਆ ਹੈ ਵੀ ਅਸੀਂ ਇੱਕ ਦੂਜੇ ਦੇ ਦੁਸ਼ਮਣ ਹੈ। ਹਾਲਾਂਕਿ ਇੱਦਾਂ ਹੈ ਕੁਛ ਨਹੀਂ, ਦੋ ਮੁਲਕਾਂ ਨੂੰ ਹੱਥ ਜੋੜ ਕੇ ਬੇਨਤੀ ਹੈ, ਮੈਸੇਜ ਹੈ ਵੀ ਕੋਈ ਐਸੀ ਕਿਸੇ ਦੀਆਂ ਗੱਲਾਂ 'ਚ ਨਾ ਆਓ, ਕੋਈ ਲੜਾਈ ਝਗੜੇ ਵਾਲੀ ਗੱਲ ਨਹੀਂ ਹੈ, ਕੋਈ ਆਪਣੇ ਇੱਕ ਦੂਜੇ ਨਾਲ ਦੁਸ਼ਮਣੀ ਨਹੀਂ ਆ, ਸਾਰੇ ਪਿਆਰ ਮੁਹੱਬਤ ਇੱਕ ਦੂਜੇ ਤੋਂ ਵੰਡ ਰਹੇ ਆ, ਲੈ ਰਹੇ ਆ, ਸਾਰੇ ਹੀ ਸ਼ਾਂਤੀ ਦੇ ਮਰੀਦ ਆ। ਸੋ ਇਹ ਮਤਲਬ ਇਹ ਚੀਜ਼ ਮੈਂ ਦੇਖੀ ਹੈ, ਕੋਈ ਐਸੀ ਕੋਈ ਗੱਲ ਨਹੀਂ ਹੈ ਵੀ ਕੋਈ ਸਾਨੂੰ, ਅਸੀਂ ਆਪਣੇ ਦੂਸਰੇ ਮੁਲਕ 'ਚ ਆਏ ਹਾਂ, ਲਹਿੰਦੇ ਪੰਜਾਬ 'ਚ ਆਏ ਹਾਂ ਤਾਂ ਸਾਨੂੰ ਕਿਸੇ ਹੋਰ ਨਜ਼ਰ ਨਾ ਦਿਖੇ, ਬੜੇ ਸਤਿਕਾਰ ਨਾਲ ਪਿਆਰ ਨਾਲ ਸਾਰੇ ਸਾਨੂੰ ਲੋਕ ਮਿਲ ਰਹੇ। ਅਤੇ ਮੈਂ ਦੋਨਾਂ ਹੀ ਸਰਕਾਰਾਂ ਦਾ ਧੰਨਵਾਦ ਕਰਦੀ ਹਾਂ ਔਰ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦੀ ਹਾਂ ਕਿ ਸਾਨੂੰ ਗੁਰੂ ਸਾਹਿਬ ਜੀ ਦੇ ਦਰਸ਼ਨ ਹੋਏ ਨੇ ਔਰ ਦੋਨਾਂ ਹੀ ਸਰਕਾਰਾਂ ਦਾ ਵਧੀਆ ਪ੍ਰਬੰਧ ਔਰ ਇੱਥੋਂ ਦੀ ਸਰਕਾਰ ਦਾ ਵੀ ਬਹੁਤ ਵਧੀਆ। ਜਿਹੜੀ ਦੋਵਾਂ ਮੁਲਕਾਂ ਨੂੰ ਜਿਹੜੀ ਬਹੁਤ ਵੱਡੀ ਇੱਕ ਜਿਹੜੀ ਜ਼ਰੂਰਤ ਆ ਕਰਨ ਦੀ, ਇੱਕ ਮੈਂ ਉਹਨਾਂ ਨੂੰ ਬੇਨਤੀ ਕਰਦਾ ਸਾਹ ਸੰਗਤ ਵੱਲੋਂ ਕਿ ਜਿਹੜਾ ਸੰਗਤ ਨੂੰ ਲਿਆਉਣ ਦਾ ਜਿਹੜਾ ਪ੍ਰਬੰਧ ਕੀਤਾ ਜਾਂਦਾ ਵਾ, ਜਿੱਥੇ ਉਹ ਬੱਸਾਂ ਰਾਹੀਂ ਕੀਤਾ ਜਾਂਦਾ, ਇਹਨੂੰ ਬੰਦ ਕਰਕੇ ਅਸਲ ਦੇ ਵਿੱਚ ਜਿਹੜਾ ਰੇਲ ਗੱਡੀ ਰਾਹੀਂ ਕੀਤਾ ਜਾਂਦਾ ਸੀ, ਉਸ ਪ੍ਰਬੰਧ ਨੂੰ ਮੁੜ ਬਹਾਲ ਕੀਤਾ ਜਾਵੇ। ਅਤੇ ਜਿਹੜਾ ਉਹਦੇ ਨਾਲ ਇੱਕ ਜਿਹੜੀ ਸੰਗਤਾਂ ਨੂੰ ਜਿਹੜੀ ਹੈ ਨਾ ਉਹ ਸੌਖਾ ਜਿਹੜਾ ਹੈ ਉਹ ਮਤਲਬ ਹੋ ਜਾਏਗਾ ਯਾਤਰਾ ਕਰਨ ਦਾ ਪ੍ਰਬੰਧ। ਸਾਡੀ ਤਾਂ ਸੇਵਾ ਅਸੀਂ ਦੱਸਣ ਜੋਗੇ ਹੈ ਹੀ ਨਹੀਂ, ਠੰਡੇ ਪਾਣੀ ਚਾਹ ਸਾਡੇ ਪੀਣ ਨੂੰ, ਜਿਹੜੇ ਸਾਰਿਆਂ ਨੂੰ ਸਾਡੇ ਨੂੰ ਪੁੱਛਿਆ, ਸਾਰਿਆਂ ਦੀ ਖੈਰ ਸੁੱਖ ਪੁੱਛੀ, ਹੱਸ ਹੱਸ ਕੇ ਸਾਡੇ ਨਾਲ ਬੋਲੇ, ਬਹੁਤ ਜ਼ਿਆਦਾ ਸਾਡਾ ਮਾਣ ਕੀਤਾ ਜੀ ਪਾਕਿਸਤਾਨ ਵਾਲਿਆਂ ਨੇ। ਬਾਬੇ ਗੁਰੂ ਨਾਨਕ ਦੇ ਦਰਬਾਰ 'ਤੇ ਆਏ ਆ, ਝੋਲੀਆਂ ਭਰ ਕੇ ਜਾਵਾਂਗੇ, ਸਰਦਾਰਾਂ ਨੂੰ ਦੁਆਵਾਂ ਦੇ ਕੇ ਜਾਵਾਂਗੇ, ਸੀਸਾ ਕਰਮਾਂ ਵਾਲਿਆਂ ਨੂੰ ਕੋਇਰੇ ਟੋਭੇ ਦੀਆਂ ਦੁਆਵਾਂ।